ਅੱਜ ਤੁਹਾਨੂੰ ਸਿਖਾਊਂਗਾ ਮੈਂ ਆਪਾਂ ਆਪਣੇ ਘਰ ਦੇ ਵਿੱਚ ਔਲੇ ਦਾ ਅਚਾਰ ਕਿਸ ਤਰ੍ਹਾਂ ਬਣਾ ਸਕਦੇ ਹਾਂ। ਜੋ ਜੋ ਉਸਦੇ ਸਮਾਨ ਪੈਂਦਾ ਉਹ ਤੁਹਾਨੂੰ ਮੈਂ ਸਾਰਾ ਦੱਸੂੰਗਾ। ਚਲੋ ਜੀ ਕਰਦੇ ਹਾਂ ਸ਼ੁਰੂ, ਫਿਰ ਆਪਾਂ ਆਪਣੇ ਘਰ ਦੇ ਵਿੱਚ ਔਲੇ ਦਾ ਅਚਾਰ ਕਿਸ ਤਰ੍ਹਾਂ ਬਣਾਵਾਂਗੇ। ਔਲੇ ਦਾ ਅਚਾਰ ਬਣਾਉਣ ਵਾਸਤੇ ਜੋ ਸਮਾਨ ਲਿੱਤਾ ਉਹ ਤੁਹਾਨੂੰ ਮੈਂ ਦੱਸਦਾ। ਮੈਂ ਅੱਧਾ ਕਿਲੋ ਔਲਾ ਲਿੱਤਾ, ਤਕਰੀਬਨ 100 ਕੁ ਗ੍ਰਾਮ ਸਰ੍ਹੋਂ ਦਾ ਤੇਲ ਹੈ, ਇਸ ਵਿੱਚ ਸਰ੍ਹੋਂ ਦਾ ਹੀ ਤੇਲ ਪੈਂਦਾ। ਸੌਂਫ ਲਿੱਤੀ ਹੈ ਮੈਂ, ਇਸਦਾ ਆਪਾਂ 1 ਚਮਚਾ ਪਾਵਾਂਗੇ। ਸਭ ਧਨੀਆ, ਇਸਦਾ ਵੀ ਆਪਾਂ 1 ਚਮਚਾ ਪਾਵਾਂਗੇ। ਜੀਰਾ, ਜੀਰੇ ਦਾ ਵੀ ਆਪਾਂ 1 ਚਮਚਾ ਪਾਵਾਂਗੇ। ਨੂਣ ਟੇਸਟ ਅਨੁਸਾਰ, ਉਹ ਵੀ ਤੁਹਾਨੂੰ ਦੱਸੂਗਾ ਆਪਾਂ ਨੇ ਕਿੰਨਾ ਕੁ ਪਾਉਣਾ ਇਸਦੇ ਵਿੱਚ। ਹਲਦੀ, ਹਲਦੀ ਦਾ ਆਪਾਂ ਇਸਦੇ ਵਿੱਚ 1.25 ਚਮਚਾ ਪਾਵਾਂਗੇ। ਲਾਲ ਮਿਰਚ, ਲਾਲ ਮਿਰਚ ਦਾ ਆਪਾਂ ਇਸਦੇ ਵਿੱਚ 1/2 ਚਮਚਾ ਪਾਵਾਂਗੇ। ਆਹ ਤੁਸੀਂ ਦੇਖ ਸਕਦੇ ਹੋ ਜੋ ਜੋ ਸਮਾਨ ਲਿੱਤਾ ਮੈਂ ਔਲੇ ਦਾ ਅਚਾਰ ਬਣਾਉਣ ਵਾਸਤੇ। ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ, ਇੱਕ ਪਤੀਲੇ 'ਚ ਤੁਸੀਂ ਪਾਣੀ ਲੈ ਲੈਣਾ, ਉਸ ਵਿੱਚ ਇਹਨਾਂ ਔਲਿਆਂ ਨੂੰ ਉਬਾਲਣਾ ਆਪਾਂ ਨੇ। ਆਪਾਂ ਨੇ ਇਹਨਾਂ ਨੂੰ ਇੰਨਾ ਕੁ ਉਬਾਲਣਾ ਵੀ ਇਹਨਾਂ ਦੀਆਂ ਫਾੜੀਆਂ ਨਿਕਲ ਸਕਣ। ਤਕਰੀਬਨ ਤੁਸੀਂ ਇਸ ਨੂੰ 8 ਤੋਂ 10 ਮਿੰਟ ਪਾਣੀ 'ਚ ਉਬਾਲਣਾ। ਜਦੋਂ ਇਹਨਾਂ ਦੀਆਂ ਫਾੜੀਆਂ ਬਣ ਜਾਣਗੀਆਂ ਉਹ ਤੁਹਾਨੂੰ ਮੈਂ ਦੱਸੂੰਗਾ ਲਾਸਟ ਵਿੱਚ। ਤੁਸੀਂ ਤਕਰੀਬਨ ਇਸ ਨੂੰ 8 ਤੋਂ 10 ਮਿੰਟ ਉਬਾਲਣਾ ਬਸ ਪਾਣੀ ਦੇ ਵਿੱਚ ਪਾ ਕੇ ਇਸੇ ਤਰ੍ਹਾਂ। ਜਿੰਨੇ ਟਾਈਮ 'ਚ ਆਪਣੇ ਔਲੇ ਨੂੰ ਉਬਾਲੀ ਆਉਂਦੀ ਹੈ ਪਾਣੀ ਵਿੱਚ ਜੋ ਆਪਾਂ ਨੇ ਪਾਇਆ ਪਹਿਲਾਂ, ਉਨੇ ਟਾਈਮ 'ਚ ਆਪਾਂ ਇੱਕ ਮਸਾਲਾ ਤਿਆਰ ਕਰਦੇ ਹਾਂ ਉਹ ਤੁਹਾਨੂੰ ਮੈਂ ਦੱਸਦਾ। ਆਪਾਂ ਨੇ ਇੱਕ ਜੀਰੇ ਦਾ ਚਮਚਾ ਲੈਣਾ, ਇਸ ਨੂੰ ਮੈਂ ਇੱਕ ਮਿਕਸੀ ਵਾਲੇ ਛੋਟੇ ਕੱਪ 'ਚ ਪਾ ਲਿਆ। ਸਾਬਤ ਧਨੀਆ, ਇਸਦਾ ਵੀ ਮੈਂ 1 ਚਮਚਾ ਇਸਦੇ ਵਿੱਚ ਪਾ ਲਿਆ। ਸੌਂਫ, ਸੌਂਫ ਦੇ ਮੈਂ ਇਸਦੇ ਵਿੱਚ 1 ਚਮਚਾ ਪਾ ਲਿਆ। ਹੁਣ ਆਪਾਂ ਨੇ ਇਸਦਾ ਜਿਸ ਤਰ੍ਹਾਂ ਗਰਮ ਮਸਾਲਾ ਹੁੰਦਾ ਉਸ ਤਰ੍ਹਾਂ ਇਸਦਾ ਬਰੀਕ ਕਰ ਲੈਣਾ। ਆਹ ਤੁਸੀਂ ਦੇਖ ਸਕਦੇ ਹੋ ਮੈਂ ਇਸਨੂੰ ਐਨ ਬਰੀਕ ਕਰ ਲਿਆ, ਜਿਸ ਤਰ੍ਹਾਂ ਗਰਮ ਮਸਾਲਾ ਹੁੰਦਾ ਉਸ ਤਰ੍ਹਾਂ ਇਸਦਾ ਬਣ ਚੁੱਕਿਆ। ਇਹ ਆਪਾਂ ਨੇ ਕਦੋਂ ਪਾਉਣਾ ਉਹ ਵੀ ਤੁਹਾਨੂੰ ਮੈਂ ਦੱਸੂੰਗਾ। ਆਹ ਤੁਸੀਂ ਦੇਖ ਸਕਦੇ ਹੋ ਤਕਰੀਬਨ ਮੈਨੂੰ ਹੁਣ 10 ਮਿੰਟ ਹੋ ਚੁੱਕੇ ਨੇ ਅਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਮੈਂ। ਆਹ ਦੇਖੋ ਆਪਣਾ, ਤੁਸੀਂ ਇੱਕ ਇਸ ਤਰ੍ਹਾਂ ਬਾਹਰ ਕੱਢ ਲੈਣਾ ਅਤੇ ਇਸ ਨੂੰ ਇਸ ਤਰ੍ਹਾਂ ਦੱਬ ਕੇ ਦੇਖਣਾ। ਆਹ ਦੇਖੋ ਜਦੋਂ ਤੁਹਾਡਾ ਇਸ ਤਰ੍ਹਾਂ ਇਹ ਖੁੱਲ੍ਹ ਜਾਵੇ ਅਤੇ ਆਪਣੇ ਉਬਲ ਕੇ ਬਿਲਕੁਲ ਰੈਡੀ ਹੈ ਅਤੇ ਹੁਣ ਆਪਾਂ ਉਹਨਾਂ ਦੀ ਗੈਸ ਕਰ ਦੇਵਾਂਗੇ ਬੰਦ ਅਤੇ ਉਹਨਾਂ ਨੂੰ ਬਾਹਰ ਕੱਢ ਲਵਾਂਗੇ। ਹੁਣ ਜਦੋਂ ਇਹ ਠੰਡੇ ਹੋ ਜਾਣਗੇ ਆਪਾਂ ਇਹਨਾਂ ਦੀਆਂ ਫਾੜੀਆਂ ਬਣਾਵਾਂਗੇ, ਉਹ ਤੁਹਾਨੂੰ ਮੈਂ ਦੱਸੂਗਾ ਕਿਸ ਤਰ੍ਹਾਂ। ਹੁਣ ਤੁਸੀਂ ਇਹਨੂੰ ਤਕਰੀਬਨ 5 ਤੋਂ 10 ਮਿੰਟ ਇਸ ਤਰ੍ਹਾਂ ਹੀ ਠੰਡੇ ਹੋਣ ਦੇਣਾ। ਜਿੰਨੇ ਟਾਈਮ 'ਚ ਆਪਣਾ ਜੋ ਔਲਾ ਉਹ ਠੰਡਾ ਹੁੰਦਾ ਉਨੇ ਟਾਈਮ 'ਚ ਆਪਾਂ ਨੇ ਆਹ ਤੇਲ ਗਰਮ ਕਰਨਾ। ਹੁਣ ਤੁਹਾਨੂੰ ਮੈਂ ਇੱਕ ਚੀਜ਼ ਹੋਰ ਵੀ ਦੱਸਣਾ ਚਾਹੁੰਦਾ, ਬਾਜ਼ਾਰ 'ਚੋਂ 2 ਤਰ੍ਹਾਂ ਦੇ ਤੇਲ ਮਿਲ ਜਾਂਦੇ ਆ, ਸਰ੍ਹੋਂ ਦਾ ਤੇਲ ਕੜਿਆ ਹੋਇਆ ਮਿਲ ਜਾਂਦਾ, ਬਗੈਰ ਕੜਿਆ ਹੋਇਆ ਮਿਲ ਜਾਂਦਾ। ਜੇ ਤੁਹਾਨੂੰ ਆਮ ਸਾਦਾ ਤੇਲ ਮਿਲਿਆ ਜਿੱਥੇ ਬਗੈਰ ਕੜੇ, ਤਾਂ ਫਿਰ ਆਪਾਂ ਉਸਨੂੰ ਕਿਸ ਤਰ੍ਹਾਂ ਕੱਢਣਾ ਤੁਹਾਨੂੰ ਮੈਂ ਦੱਸਦਾ। ਇਸ ਤੇਲ ਨੂੰ ਪੂਰਾ ਗਰਮ ਕਰ ਲੈਣਾ ਇੱਕ ਵਾਰੀ, ਇਹ ਕੜਿਆ ਹੋਇਆ ਤੇਲ ਬਣ ਜਾਂਦਾ। ਠੀਕ ਹੈ ਜੀ, ਹੁਣ ਆਪਾਂ ਕੱਚਾ ਤੇਲ ਹੈ ਇਸਨੂੰ ਐਨ ਪੂਰੀ ਤਰ੍ਹਾਂ ਗਰਮ ਕਰ ਲਵਾਂਗੇ, ਫਿਰ ਇਸਨੂੰ ਠੰਡਾ ਕਰਾਂਗੇ, ਫਿਰ ਆਪਾਂ ਇਸ ਦੇ ਵਿੱਚ ਬਾਕੀ ਦੇ ਮਸਾਲੇ ਪਾਵਾਂਗੇ, ਉਹ ਤੁਹਾਨੂੰ ਮੈਂ ਦੱਸੂੰਗਾ ਆਪਣੇ ਕਿਸ ਤਰ੍ਹਾਂ ਪਾਉਣਾ ਇਸ ਦੇ ਵਿੱਚ। ਅੱਜ ਉਹ ਤੇਲ ਸੀ ਐਨ ਫੁੱਲ ਗਰਮ ਹੋ ਚੁੱਕਿਆ, ਹੁਣ ਆਪਾਂ ਇਸਦੀ ਗੈਸ ਕਰ ਦੇਵਾਂਗੇ ਬੰਦ ਅਤੇ ਹੁਣ ਮੈਂ ਇਸਦੀ ਗੈਸ ਕਰਤੀ ਬੰਦ। ਹੁਣ ਇਹਨੂੰ ਠੰਡਾ ਹੋਣ ਵਾਸਤੇ ਰੱਖਣਾ ਆਪਾਂ ਨੇ ਇੰਨੇ ਟਾਈਮ 'ਚ। ਔਰ ਤੁਸੀਂ ਦੇਖ ਸਕਦੇ ਹੋ ਇਹ ਵੀ ਠੰਡੇ ਹੋ ਚੁੱਕੇ ਆ। ਹੁਣ ਆਪਾਂ ਇਹਦੀ ਫਾੜੀਆਂ ਬਣਾਉਂਦੇ, ਉਹ ਤੁਹਾਨੂੰ ਮੈਂ ਦੱਸਦਾ ਆਪਣੇ ਕਿਸ ਤਰ੍ਹਾਂ ਬਣਾਉਂਦੇ ਇਹਨਾਂ ਦੀਆਂ। ਮੈਂ ਤੁਹਾਨੂੰ ਇੱਕ ਪੀਸ ਲਿੱਤਾ ਮੈਂ, ਇਸ ਤਰ੍ਹਾਂ ਤੁਸੀਂ ਦੱਬਣਾ ਇਸ ਨੂੰ। ਆਹ ਦੇਖੋ ਇਸ ਤਰ੍ਹਾਂ ਤੁਸੀਂ, ਆ ਜੋ ਗੁੱਠੜੀ ਆ ਆਪਾਂ ਨੇ ਇਸ ਤਰ੍ਹਾਂ ਇਸਦੀ ਬਾਹਰ ਕੱਢ ਲੈਣੀ ਆ, ਇਸ ਤਰ੍ਹਾਂ ਤੁਸੀਂ ਇਸ ਦੀਆਂ ਫਾੜੀਆਂ ਬਣਾਈ ਜਾਣੀਆਂ। ਦੂਸਰਾ ਵੀ ਲੈਣਾ, ਉਸ ਨੂੰ ਇਸ ਤਰ੍ਹਾਂ ਦੱਬਣਾ। ਆ ਤੁਸੀਂ ਦੇਖ ਸਕਦੇ ਹੋ ਮੈਂ ਉਹਨਾਂ ਦੀਆਂ ਫਾੜੀਆਂ ਬਣਾ ਲਈਆਂ ਜੋ ਆਪਾਂ ਨੇ ਪਹਿਲਾਂ ਔਲਾ ਉਬਾਲਿਆ ਸੀ। ਠੀਕ ਹੈ, ਇੰਨੇ ਟਾਈਮ 'ਚ ਤੁਸੀਂ ਦੇਖ ਸਕਦੇ ਇੱਧਰ ਆਪਣਾ ਤੇਲ ਵੀ ਠੰਡਾ ਹੋ ਚੁੱਕਿਆ। ਹੁਣ ਆਪਾਂ ਇਸ ਦੇ ਵਿੱਚ ਬਾਕੀ ਦੇ ਮਸਾਲੇ ਪਾਵਾਂਗੇ। ਮੈਂ ਇਸ ਦੇ ਵਿੱਚ 1/4 ਚਮਚਾ ਹਲਦੀ ਦਾ ਪਾਇਆ। ਆ ਤੁਸੀਂ ਦੇਖ ਸਕਦੇ ਹੋ ਆਪਣਾ ਤੇਲ ਥੋੜ੍ਹਾ ਜਿਹਾ ਗਰਮ ਸੀ, ਜੇ ਥੋੜ੍ਹਾ ਤੇਲ ਬਿਲਕੁਲ ਠੰਡਾ ਹੋਊਗਾ ਤੁਸੀਂ ਅੱਗ ਬਾਲ ਲੈਣੀ ਹੈ। ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਜੋ ਆਪਾਂ ਨੇ ਪਹਿਲਾਂ ਮਸਾਲੇ ਤਿਆਰ ਕੀਤੇ ਸੀ, ਜੀਰਾ, ਸੌਂਫ, ਸਭ ਧਨੀਆ, ਉਹ ਪਾ ਦੇਵਾਂਗੇ ਇਸ ਦੇ ਵਿੱਚ। ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਲਾਲ ਮਿਰਚ ਪਾ ਦੇਵਾਂਗੇ। ਮੈਂ ਇਸ ਦੇ ਵਿੱਚ 1/2 ਚਮਚਾ ਲਾਲ ਮਿਰਚ ਦਾ ਪਾਇਆ। ਲਾਸਟ ਵਿੱਚ ਆਪਾਂ ਇਸ ਦੇ ਵਿੱਚ ਲੂਣ ਪਾ ਦੇਵਾਂਗੇ। ਮੈਂ ਇਸ ਦੇ ਵਿੱਚ 1.5 ਚਮਚਾ ਲੂਣ ਦਾ ਪਾਇਆ, ਤੁਸੀਂ ਵੱਧ ਘੱਟ ਪਾ ਸਕਦੇ ਹਾਂ। ਤਕਰੀਬਨ ਜੇ ਆਪਣਾ 1/2 ਕਿਲੋ ਆਂਵਲਾ ਤਾਂ ਉਸ ਦੇ ਵਿੱਚ 1.5 ਚਮਚਾ ਲੂਣ ਦਾ ਪੈ ਜਾਂਦਾ। ਇਸ ਨੂੰ ਮਿਕਸ ਕਰ ਦੇਵਾਂਗੇ ਇੱਕ ਵਾਰੀ ਚੰਗੀ ਤਰ੍ਹਾਂ ਇਸ ਦੇ ਵਿੱਚ। ਮਿਕਸ ਕਰਨ ਤੋਂ ਬਾਅਦ ਫਿਰ ਆਪਾਂ ਇਸ ਦੇ ਵਿੱਚ ਆਹ ਔਲਾ ਪਾ ਦੇਵਾਂਗੇ ਜੋ ਆਪਾਂ ਨੇ ਪਹਿਲਾਂ ਫਾੜੀਆਂ ਬਣਾਈਆਂ। ਇਸ ਦੇ ਵਿੱਚ ਮਿਕਸ ਕਰਾਂਗੇ ਚੰਗੀ ਤਰ੍ਹਾਂ।
ਜਦੋਂ ਤੁਹਾਡਾ ਸਾਰਾ ਇਸ ਦੇ ਵਿੱਚ ਮਿਕਸ ਹੋ ਜਾਵੇ ਫਿਰ ਤੁਸੀਂ ਤਕਰੀਬਨ ਇਸਨੂੰ 2 ਤੋਂ 3 ਮਿੰਟ ਇਸ ਤਰ੍ਹਾਂ ਇਸਦੇ ਤੇਲ ਦੇ ਵਿੱਚ ਪਕਾਉਣਾ, ਠੀਕ ਹੈ ਜੀ। ਆਹ ਤੁਸੀਂ ਦੇਖ ਸਕਦੇ ਹੋ ਮੈਨੂੰ ਤਕਰੀਬਨ 2 ਤੋਂ 3 ਮਿੰਟ ਹੋ ਚੁੱਕੇ ਨੇ, ਮੈਂ ਘੱਟ ਸੇਕ ਹੋਰ ਪਕਾਇਆ ਇਸਨੂੰ, ਅਤੇ ਹੁਣ ਆਪਣਾ ਇਹ ਬਿਲਕੁਲ ਰੇੜੀ ਹੈ ਅਤੇ ਮੈਂ ਇਸਦੀ ਗੈਸ ਕਰਤੀ ਹੈ ਬੰਦ, ਠੀਕ ਹੈ ਜੀ। ਅਤੇ ਤੁਹਾਨੂੰ ਮੈਂ ਇੱਕ ਹੋਰ ਟਿਪ ਵੀ ਦੇਣਾ ਚਾਹੁੰਦਾ ਹੁਣ ਇੱਥੇ, ਜੇ ਤੁਸੀਂ ਇਸ ਅਚਾਰ ਨੂੰ ਲੰਬੇ ਟਾਈਮ ਵਾਸਤੇ ਰੱਖਣਾ ਚਾਹੁੰਦੇ ਹਾਂ ਤੁਸੀਂ ਇਸਦੇ ਵਿੱਚ 1 ਜਾਂ 1.5 ਚਮਚਾ ਸਿਰਕੇ ਦਾ ਪਾ ਸਕਦੇ ਹਾਂ। ਮੈਂ ਇਸ ਦੇ ਵਿੱਚ 1 ਚਮਚਾ ਸਿਰਕੇ ਦਾ ਪਾਇਆ। ਮੈਂ ਤੁਹਾਨੂੰ ਫਿਰ ਦੱਸਣਾ ਚਾਹੁੰਦਾ, ਸਿਰਕਾ ਪਾਉਣ ਨਾਲ ਇਸ ਅਚਾਰ ਦੀ ਲਾਈਫ ਵੱਧ ਜਾਂਦੀ ਹੈ, ਤੁਸੀਂ ਇਸਨੂੰ ਲੰਬੇ ਟਾਈਮ ਵਾਸਤੇ ਰੱਖ ਸਕਦੇ ਹਾਂ। ਜੇ ਤੁਹਾਡੇ ਕੋਲ ਹੈ ਤੁਸੀਂ ਪਾਇਓ, ਇਸ ਤੋਂ ਬਗੈਰ ਵੀ ਨਹੀਂ ਸਰ ਸਕਦਾ। ਮੈਂ ਇਸਨੂੰ ਮਿਕਸ ਕਰ ਦੇਵਾਂਗਾ ਇਸ ਦੇ ਵਿੱਚ ਸਿਰਕੇ ਨੂੰ, ਅਤੇ ਹੁਣ ਇਹ ਅਚਾਰ ਆਪਣਾ ਬਿਲਕੁਲ ਰੇੜੀ ਹੈ। ਆਹ ਤੁਸੀਂ ਦੇਖ ਸਕਦੇ ਹੋ ਅੱਜ ਮੈਂ ਕਿਸ ਤਰ੍ਹਾਂ ਬਣਾਇਆ ਔਲੇ ਦਾ ਅਚਾਰ। ਜਦੋਂ ਇਹ ਠੰਡਾ ਹੋ ਜੂਗਾ ਤੁਸੀਂ ਇਸਨੂੰ ਪਲਾਸਟਿਕ ਡੱਬੇ ਵਿੱਚ ਜਾਂ ਫਿਰ ਇਸਨੂੰ ਕੰਚ ਦੇ ਬਰਤਨ 'ਚ ਤੁਸੀਂ ਇਸਨੂੰ ਰੱਖ ਸਕਦੇ ਹੋ। ਅਤੇ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਜ਼ਰੂਰ ਦੱਸਿਓ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਲਾਈਕ ਵਾਲਾ ਬਟਨ ਜ਼ਰੂਰ ਦੱਬਿਓ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ। ਮਿਲਦੇ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ।